jaket. ਲੋ ਜੀ ਆਪਣੇ ਕੋਲੇ ਆ ਵੀ ਹੈ ਛੋਟਾ ਬੀਅਰ ਜੇ ਕਿਸੇ ਨੇ ਖਾਣੀ ਹੈ ਸੇ ਵੀ ਦੇਣੇ ਆ ਸਮਾਨ ਸਾਡੇ ਕੋਲੇ ਵਾਧੂ ਆ ਜਦੋਂ ਘੁੰਮਣ ਨਿਕਲੇ ਨੇੜੇ ਵਾਲਾ ਸਮਾਨ ਲੈ ਕੇ ਖਾਣ ਪੀਣ ਲਈ ਹਾਈ ਵੈਲਕਮ ਬੈਕ ਟੂ ਮਾਈ ਚੈਨਲ ਗਾਈਸ ਸਾਰਿਆਂ ਦਾ ਕੀ ਹਾਲ ਚਾਲ ਆ ਆਈ ਹੋਪ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਐਂਡ ਸੋ ਆਪਾਂ ਵੀ ਬਿਲਕੁਲ ਠੀਕ ਠਾਕ ਐਂਡ ਸੋ ਗਾਈਸ ਅੱਜ ਆਪਾਂ ਸਪੈਸ਼ਲੀ ਲੈ ਕੇ ਆਏ ਹਾਂ ਤੁਹਾਨੂੰ ਹੈਕਲਾ ਸੋ ਇੱਕ ਨਿੱਕਾ ਜਿਹਾ ਸਟੋਪੇਜ ਆ ਸੋ ਹੈਕਲਾ ਦਾ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪਿੱਛੇ ਬਿਊਟੀਫੁਲ ਲੇਕ ਬਣੀ ਹੋਈ ਆ ਸੋ ਇਹਦੇ ਪਿੱਛੇ ਇੱਕ ਛੋਟਾ ਜਿਹਾ ਲਾਈਟ ਹਾਊਸ ਆ ਸੋ ਇਹ ਵੀ ਆਪਾਂ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਇੱਥੇ ਇੱਕ ਫੈਮਿਲੀ ਆ ਰਹੀ ਹੈ ਪਿਕਚਰ ਵਗੈਰਾ ਕਰ ਰਹੀ ਹੈ ਫੈਮਿਲੀ ਅਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਫੋਟੋਸ਼ੂਟ ਲਈ ਜ਼ਿਆਦਾ ਮੱਖੀਆਂ ਨੇ ਭੀਂ ਭੀਂ ਕਰੀ ਜਾਂਦੀਆਂ ਕੰਨਾਂ ਦੇ ਵਿੱਚ ਸੋ ਅੱਜ ਅਸੀਂ ਆਪਣੇ ਪੂਰੇ ਟੱਬਰ ਨਾਲ ਆਏ ਹਾਂ ਸੋ ਦੀਦੀ ਨਾਲ ਬੱਚੇ ਸਾਰੇ ਫੁੱਲੀ ਇੰਜੋਏ ਕਰਨ ਆਏ ਆ ਅਸੀਂ ਸਾਰੇ ਮੱਖੀਆਂ ਮਰੀਆਂ ਰਹੀਆਂ ਤੁਸੀਂ ਕੀ ਕਰੀ ਜਾਂਦੇ ਸੋ ਗਾਈ ਸਾਡੇ ਬੱਚੇ ਨੇ ਪੂਰਾ ਗਾਹ ਪਾਤਾ ਮੱਖੀਆਂ ਤੋਂ ਡਰ ਕੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਤੇ ਅਸੀਂ ਆਪਣਾ ਫੋਟੋ ਸ਼ੂਟ ਵੇਚੀ ਛੱਡ ਦਿੱਤਾ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਆਪਾਂ ਫੋਟੋ ਸ਼ੂਟ ਕਰ ਸਕਦੇ ਆ ਇਹ ਹੈਗਾ ਆਪਣਾ ਲਾਈਟ ਹਾਊਸ ਬਟ ਇਹ ਲੌਕ ਆ ਇਸ ਟਾਈਮ ਸੋ ਆਪਾਂ ਅੱਗੇ ਜਾ ਕੇ ਇੱਕ ਹੋਰ ਲਾਈਟ ਹਾਊਸ ਆਪਾਂ ਤੁਹਾਨੂੰ ਉਹ ਦਿਖਾਉਂਦੇ ਆ ਜੇ ਓਪਨ ਹੋਇਆ ਤਾਂ ਚਲੋ ਚਲੀਏ ਬੱਚੇ ਪੂਰੇ ਬੁਰੇ ਹਾਲ ਨੇ ਰੋ ਰੋ ਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਲੱਗੀ ਹੈ ਭੁੱਖ ਸੋ ਹੁਣ ਅਸੀਂ ਖਾਣ ਲੱਗੇ ਹਾਂ ਰੋਟੀ ਟੁੱਟ ਕੇ ਪੈਣ ਲੱਗੇ ਆ ਦੀਦੀ ਦੇ ਕਹਿਣ ਨੂੰ ਟੁੱਟ ਕੇ ਪੈਣ ਲੱਗੇ ਫੂਡ ਨੂੰ ਤੇ ਆ ਜਾਓ ਤੁਸੀਂ ਵੀ ਟੁੱਟ ਕੇ ਪੈ ਜਾਓ ਹੁਣ ਸੋ ਗਾਈਸ ਬੱਚੇ ਇੱਥੇ ਵੀ ਨਹੀਂ ਨਿਕਲ ਰਹੇ ਸੀਗੇ ਮੱਖੀਆਂ ਡਰ ਦੇ ਕਿਤੇ ਮਸੇ ਹੀ ਕੱਢੇ ਨੇ ਬਾਹਰ ਇੱਥੇ ਇੰਨਾ ਹੈ ਨਹੀਂ ਆਈ ਡੋਂਟ ਨੋ ਉੱਥੇ ਪਿੱਛੇ ਕਿਉਂ ਸੀਗੇ ਇੰਨੀਆਂ ਮੱਖੀਆਂ ਤੇ ਫਸਟ ਟਾਈਮ ਹੋਇਆ ਇਹ ਤਾਂ ਵੈਸੇ ਕਦੇ ਆਰੋ ਡਰਦਾ ਨਹੀਂ ਹੈਗਾ ਪਤਾ ਨਹੀਂ ਜ਼ਿਆਦਾ ਮੋਟੀਆਂ ਮੱਖੀਆਂ ਨੇ ਤਾਂ ਕਰਕੇ ਐਨੀਵੇਜ਼ ਬੱਚੇ ਬਾਹਰ ਆ ਗਏ ਅਤੇ ਹੁਣ ਆਪਾਂ ਖਾ ਪੀ ਲਈਏ ਭੁੱਖ ਲੱਗੀ ਪਲੇਟਾਂ ਅਸੀਂ ਭੁੱਲ ਗਏ ਚਮਚੇ ਵੀ ਭੁੱਲ ਗਏ ਸੋ ਹੁਣ ਮੈਂ ਉਹ ਲੈਣਾ ਹੀ ਚਟਨੀ ਵੇਲ ਕਿੰਨੀ ਪਾਈ ਸਾਰੀ ਚਟਨੀ ਇੱਕ ਸਮੋਸੇ ਨਾਲ ਪਾਈ ਕਰਦੀ ਹੈ ਤੁਸੀਂ ਵੀ ਖਾ ਲਓ ਮੈਂ ਖਾ ਕੇ ਟੇ ਮੈਂ ਤਾਂ ਬਹੁਤ ਯਮੀ ਆ ਸੌਸ ਸਾਰੇ ਸਮੇਂ ਤੋਂ ਖਾਣੀ ਹਾਂ ਓਹ ਹੋ ਕਿੰਨੀ ਚਟਨੀ ਪਾਈ ਸਾਡੀ ਲਓ ਰੰਗੀ ਸੋ ਗਾਈ ਸਾਡਾ ਲੰਚ ਬ੍ਰੇਕਫਾਸਟ ਦੋਨੇ ਇਕੱਠੇ ਹੋ ਗਏ ਨੇ ਅਸੀਂ ਬ੍ਰੇਕਫਾਸਟ ਰਸਤੇ ਵਿੱਚ ਕੀਤਾ ਨਹੀਂ ਬੱਚੇ ਸੌਂ ਗਏ ਸੀਗੇ ਤੇ ਹੁਣ ਆਪਾਂ ਆਲਮੋਸਟ ਆਪਣਾ ਡਨ ਆ ਲੰਚ ਬ੍ਰੇਕਫਾਸਟ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੱਗੇ ਸੋ ਸਭ ਤੋਂ ਪਹਿਲਾਂ ਜਿਹੜਾ ਫਸਟ ਟੌਪਿਕ ਆ ਉਹ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਕੀ ਆ ਲੋ ਗਾਈਸ ਇੱਥੇ ਸਾਰਾ ਕੁਝ ਲਿਖਿਆ ਹੋਇਆ ਤੁਹਾਨੂੰ ਕੀ ਕੀ ਚਾਹੀਦਾ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਸੀ ਸੋ ਗਾਈਸ ਇਹ ਉੱਪਰ ਜਾ ਕੇ ਜ਼ਰੂਰ ਦਿਖਾਵਾਂਗੇ ਬਟ ਮੈਨੂੰ ਲੱਗਦਾ ਨਹੀਂ ਕਿ ਇਹ ਓਪਨ ਹੋਊਗਾ ਚਲੋ ਗਾਈਸ ਆਪਾਂ ਚੈੱਕ ਕਰਕੇ ਆਉਂਦੇ ਹਾਂ ਵੀ ਓਪਨ ਹੈਗਾ ਕਿ ਨਹੀਂ ਹੈਗਾ
ਗਾਈਜ਼ ਆ ਉੱਪਰੋਂ ਉੱਪਰੋਂ ਦੇਖੋ ਕਿੰਨਾ ਸੋਹਣਾ ਵਿਊ ਆ ਰਿਹਾ ਸੀ। ਸੋ ਗਾਈਜ਼ ਇਹ ਕੋਵਿਡ ਕਰਕੇ ਬੰਦ ਆ, ਆਪਾਂ ਜਾ ਨਹੀਂ ਸਕਦੇ ਉੱਪਰ, ਬਟ ਮੈਂ ਤੁਹਾਨੂੰ ਇੱਥੋਂ ਦਿਖਾ ਦਿੱਤਾ, ਉੱਪਰੋਂ ਹੋਰ ਵੀ ਘੈਂਟ ਲੱਗਣਾ ਸੀਗਾ। ਸੋ ਸਾਹਮਣੇ ਆਈਸਕ੍ਰੀਮ ਪਾਰਲਰ ਆ, ਜੇ ਕਿਸੇ ਨੂੰ ਜ਼ਿਆਦਾ ਗਰਮੀ ਲੱਗਦੀ ਆ ਤਾਂ ਆਪਾਂ ਆਈਸਕ੍ਰੀਮ ਵੀ ਖਾ ਸਕਦੇ ਹਾਂ। ਗਾਈਜ਼ ਆ ਦੇਖੋ ਇੱਕ ਲਾਈਟ ਹਾਊਸ ਇੱਥੇ ਬਣਿਆ ਹੋਇਆ, ਬਟ ਇਹ ਆਲਮੋਸਟ ਬੰਦ ਆ। ਕਮਲਾ ਕਾਹਦੇ ਵਾਸਤੇ ਆ? ਨਹੀਂ, ਕਿਸ ਚੀਜ਼ ਚ ਪੈਟਰੋਲ ਪੈਂਦਾ? ਬੋਟ ਚ ਪਾਉਣ ਲਈ। ਸੋ ਗਾਈਜ਼ ਇੱਥੇ ਆਪਾਂ ਬੋਟ ਦੇ ਵਿੱਚ ਡੀਜ਼ਲ ਔਰ ਪੈਟਰੋਲ ਪਵਾ ਸਕਦੇ ਹਾਂ। ਗਾਈਜ਼ ਇੱਕ ਆਪਾਂ ਹੋਰ ਘੈਂਟੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਆਪਾਂ ਜਾ ਰਹੇ ਬਿਲਕੁਲ ਟੌਪ 'ਤੇ, ਤਾਂ ਉੱਥੋਂ ਜਾ ਕੇ ਸਾਰਾ ਵਿਊ ਦਿਖਾਉਂਦੇ ਹਾਂ ਤੁਹਾਨੂੰ, ਬਹੁਤ ਘੈਂਟ ਬਣਿਆ। ਸੋ ਫਾਈਨਲੀ ਗਾਈਜ਼ ਆਪਾਂ ਉੱਪਰ ਆ ਗਏ। ਸੋ ਤੁਸੀਂ ਇੱਥੇ ਦੇਖੋ ਵਿਊ। ਸਲੋ ਬੇਬੀ, ਕਿੰਨਾ ਪਾਣੀ ਸ਼ਾਂਤ ਤੇ ਕਿੰਨੀ ਸ਼ਾਂਤੀ। ਓ ਮਾਈ ਗੋਡ, ਬਹੁਤ ਜ਼ਿਆਦਾ ਸ਼ਾਂਤੀ ਹੈ ਗਾਈਜ਼। ਗਾਈਜ਼ ਸਾਰੇ ਦੀ ਬੈਟਰੀਆਂ ਲੋਅ ਹੋ ਗਈਆਂ ਨੇ, ਹਜੇ ਇੰਨਾ ਖਵਾ ਕੇ ਲੈ ਕੇ ਆਈ ਹਾਂ ਇਹਨਾਂ ਨੂੰ ਮੈਂ, ਸਭ ਕੁਛ ਕਹਿੰਦੇ ਖਾਧਾ ਪੀਤਾ ਸਭ ਗਿਆ। ਪਤੀ ਦੇ ਬੈਟਰੀ ਲੋਅ ਹੋ ਗਈ? ਓਕੇ, ਨੀਨਾ ਦੇਵੀ ਦੀ ਤਾਂ ਲੱਗਦੀ ਮੈਨੂੰ ਬੈਟਰੀ ਲੋਅ ਹੋ ਗਈ। ਹਾਏ, ਹਾਂ ਭੈਣੇ ਕਿੱਦਾਂ ਬੈਟਰੀ? ਹੁਣ ਆਪਾਂ ਚੱਲਦੇ ਨੀਚੇ ਪਾਣੀ ਦੇ ਵਿੱਚ, ਇਹਨਾਂ ਨੇ ਬੱਚਿਆਂ ਨੇ ਨਹਾਣਾ ਛਾਣਾ ਵਾ। ਗਾਈਜ਼ ਮੱਖੀ ਫੇਰ ਆ ਗਈ ਇੱਥੇ। ਬੱਚਿਆਂ ਲਈ ਆਪਾਂ ਨੇ ਰੈਡੀ ਕਰ ਲਿਆ, ਹਵਾ ਭਰ ਲਈ। ਹਾਂਜੀ, ਪਲੱਗ ਤਾਂ ਕੱਢਦੇ ਦੀਦੀ, ਫੋਨ ਤੁਹਾਡਾ ਪਿਆ। ਲੋ ਗਾਈਸ, ਫਾਈਨਲੀ ਆਪਾਂ ਬੱਚੇ ਨੂੰ ਲੈ ਕੇ ਆ ਗਏ ਹੁਣ ਬੀਚ ਤੇ। ਮੈਂ ਤਾਂ ਹੀ ਫੜਿਆ ਵਾ ਵੀ ਜਿਹੜੀ ਗੂਈ ਫੜ ਤਾਂ ਲਊਂਗੀ ਸਿੱਟ ਕੇ ਡੋਕਰੀ। ਉਹ ਮੈਂ ਨੀ ਕਿਤੇ ਡਿੱਗਰੀ ਮੁੰਡਿਆ, ਜੇ ਹੇ ਨਾਲ ਜੇ ਸੇਤੀ ਹੋਊਗਾ ਭੱਜ ਲਾਂਗੇ ਫਿਰ। ਹੈਗੀ ਆ, ਅਸੀਂ ਤਾਂ ਭੱਜ ਲਾਂਗੇ, ਤੁਸੀਂ ਆਪਦਾ ਸੋਚੋ। ਦੁਨੀਆ ਕੋ ਭੁੱਲ ਜਾਓ ਕੁਛ ਐਸੀ ਬਾਤ ਕਰਤੇ। ਓਕੇ ਜੀ, ਠੀਕ ਹੈ ਜੀ। ਲੋ ਜੀ ਗਾਈਜ਼, ਆਪਾਂ ਪਹੁੰਚ ਗਏ ਬੱਚਿਆਂ ਨੂੰ, ਬੱਚਿਆਂ ਦਾ ਦਿਲ ਖੁਸ਼ ਕਰਨ ਲਈ, ਬੱਚਿਆਂ ਦਾ ਦਿਲ ਖੁਸ਼ ਕਰਨ ਲਈ ਇਹ ਬੀਚ ਤੇ। ਹਾਏ ਕਿੱਥੇ, ਹਾਏ ਭਾਲੂ ਕਿੱਥੇ ਵੱਡਾ। ਓ ਮਾਈ ਗੋਡ, ਓ ਮਾਈ ਗੋਡ, ਬੀਅਰ ਆਰ ਡਰ ਗਿਆ ਗਾਈਸ, ਡਰ ਗਿਆ ਰ ਕੁਛ ਨਹੀਂ ਆਦਾ ਐ ਮਾਰ ਦੇ ਬਤਬੂਆ।
ਹੇਅਰ ਵੀ ਗੋ ਗਾਈਜ਼ ਉੱਥੇ ਪਾਣੀ ਸਾਫ ਨਹੀਂ ਸੀਗਾ ਤਾਂ ਅਸੀਂ ਇੱਧਰ ਨੂੰ ਆ ਗਏ ਹਾਂ ਸਾਡੇ ਨਿਆਣੇ ਦੇਖ ਲਓ ਤੁਰਦੇ ਸੋਫੀਆ ਦੇਖੋ ਗਾਈਜ਼ ਸੋਫੀ ਕਿੱਦਾਂ ਤੁਰਦੀ ਹੈ ਤੇ ਤੁਰਿਆ ਨਹੀਂ ਜਾਂਦਾ ਰੇਤੇ ਤੇ ਪਰ ਆਈ ਐਮ ਸੋ ਹੈਪੀ ਕਿ ਸੋਫੀਆ ਦਾ ਪੈਰ ਬਿਲਕੁਲ ਠੀਕ ਠਾਕ ਹੋ ਗਿਆ ਦੀਦੀ ਇਸ ਵਾਰੀ ਅਸੀਂ ਨਾ ਫੋਰਗੈਟ ਹੋ ਗਏ ਚੱਲ ਕੋਈ ਨਾ ਨੈਕਸਟ ਟਾਈਮ ਸੀ ਕੋਈ ਨਾ ਮੈਂ ਚਾਦਰ ਵਿਛਾ ਲੂੰ ਲਿਟ ਜਿਓ ਬੈਠਣ ਦੀ ਬਜਾਏ ਓ ਮਾਈ ਗੋਡ ਇੱਧਰ ਝੂਟੇ ਵੀ ਹੈਗੇ ਬੱਚਿਆਂ ਨੇ ਇੱਧਰ ਝੂਟੇ ਵੀ ਲੈਣੇ ਸੀ ਕੀ ਹੋ ਗਿਆ ਬੇਬੀ ਆਜਾ 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 ਕਮ ਔਨ ਕਮ ਔਨ ਬੇਬੀ ਯਾ ਗਾਈ ਸੋਫੀ ਸਭ ਤੋਂ ਪਹਿਲਾਂ ਅੱਗੇ ਸੀ ਜਿਹੜੀ ਹੁਣ ਐਨ ਪਿੱਛੇ ਹੋਲੇ ਹੋਲੇ ਮਟਕ ਮਟਕ ਕੇ ਆ ਰਹੀ ਹੈ ਸੋ ਗਾਈਸ ਆਪਣੀ ਟਿੱਡੀ ਤੇ ਇੱਕ ਟਿੱਡੀ ਤੇ ਟਿੱਡਾ ਉਹ ਸੀਗੇ ਦੋਨੇ ਜਣੇ ਫਾਈਟ ਕਰ ਰਹੇ ਉਹ ਕਹਿੰਦੀ ਮੈਂ ਪੈਣਾ ਇਹਦੇ ਤੇ ਉਹ ਕਹਿੰਦਾ ਮੈਂ ਪੈਣਾ ਕਮਲ ਇੱਧਰ ਮੂੰਹ ਕਰੋ ਹੈਲੋ ਆ ਪਾਣੀ ਤੁਰ ਦੋ ਨਾ ਸਾਡਾ ਇਹਨੇ ਮੇਰਾ ਪੈਰ ਬਹੁਤ ਜ਼ਿਆਦਾ ਦੁਖੀ ਹੈ ਨਾ ਮੈਂ ਕਿਹਾ ਕੋਈ ਨਾ ਪੈਰ ਨੂੰ ਥੈਰੇਪੀ ਮਿਲ ਗਈ ਇਹਦੇ ਕੋ ਪਾਣੀ ਦੇ ਵੀ ਕਹਿੰਦੇ ਪੈਰ ਚ ਫੇਰ ਤੇਰਾ ਪੈਰ ਠੀਕ ਹੋ ਗਿਆ ਪੈਰ ਚ ਫੇਰ ਪੈਰ ਚ ਫੇਰ ਨਹੀਂ ਪਾਣੀ ਤੇ ਫੇਰ ਹਾਏ ਨੂੰ ਮੱਖੀਆਂ ਕਿਉਂ ਮੈਨੂੰ ਤਾਂ ਪਾਣੀ ਨਾ ਪਾਈ ਮੇਰੇ ਤੇ ਨਾ ਪਾਈ ਏ ਮੈਂ ਮੇਰੇ ਫੋਨ ਤੇ ਬੈਠ ਰਿਹਾ ਜਿਹੜਾ ਮੈਂ ਹੀ ਆ ਲੱਗ ਰਿਹਾ ਸੀ ਦਮ ਕੁੱਟਣ ਦੀ ਹੋਇਆ ਕੁਛ ਨਹੀਂ ਹੁੰਦਾ ਜਿਹੜੀ ਆ ਨਹੀਂ 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 ਸਾਡਾ ਦਮ ਕੁੱਟਣਾ ਸੀ ਆ ਸਾਰੀ ਸਟੋਕ ਕੇ ਜੁੱਗੇ ਤਾਂ ਮੈਨੂੰ ਲੱਗਦਾ ਮੇਰਾ ਸਾਹ ਬੰਦ ਹੋ ਜਾਊਗਾ ਯਾ ਮੈਂ ਨਹੀਂ ਕਹਿਣਾ ਬਈ ਮੈਂ ਨਾ ਨਾ ਤੂੰ ਜਾ ਜਿੱਥੇ ਮਰਜੀ ਬਹੁਤ ਠੰਡਾ ਵਾ ਤੇ ਪਾਣੀ ਠੀਕ ਆ ਅੱਗੇ ਅੱਗੇ ਪਾਣੀ ਠੀਕ ਆ ਠੰਡਾ ਤਾਂ ਨਹੀਂ ਐਵੇਂ ਲੱਗਦਾ ਇੱਕ ਵਾਰੀ ਨਿਆਣੇ ਬਣੇ ਪਏ ਨੇ ਸੋ ਗਾਈਜ਼ ਅਸੀਂ ਹੋ ਗਏ ਹੁਣ ਡਨ ਨਾ ਨੂੰ ਲਏ ਅਸੀਂ ਚੰਗੀ ਤਰ੍ਹਾਂ ਨਾਲ ਫੁੱਲੀ ਇੰਜੋਏ ਕੀਤਾ ਵਾ ਹਾਂ ਬਾਈ ਸੋ ਹੁਣ ਅਸੀਂ ਜਾ ਰਹੇ ਹਾਂ ਘਰੇ ਆ ਬਣਾਈ ਆ ਮੈਂ ਹੈਗੀ ਇਹਦੇ ਚ ਗਾਈਜ਼ ਆਪਾਂ ਜਾ ਰਹੇ ਹਾਂ ਹੁਣ ਘਰਾਂ ਨੂੰ ਦੀਦੀ ਨੇ ਕਹਿੰਦਾ ਘਰਾਂ ਨੂੰ ਕੀ ਹੁੰਦਾ ਵਾ ਸੋ ਗਾਈਜ਼ ਫਾਈਨਲੀ ਆਪਾਂ ਜਾ ਰਹੇ ਹਾਂ ਹੁਣ ਘਰੇ ਬੱਚਿਆਂ ਨੇ ਫੁੱਲੀ ਇੰਜੋਏ ਕੀਤਾ ਆਪਾਂ ਵੀ ਫੁੱਲੀ ਇੰਜੋਏ ਕੀਤਾ ਸੋ ਇਹ ਸੀਗੀ ਹੈਕਲਾ ਦੀ ਬੀਚ ਸੋ ਗਾਈਜ਼ ਇੱਥੇ ਜਿਹੜੀ ਸੈਂਡ ਆ ਬਹੁਤ ਜ਼ਿਆਦਾ ਵਾਈਟ ਆ ਤੁਸੀਂ ਸਾਰਿਆਂ ਨੇ ਦੇਖੀ ਆ ਔਰ ਪਾਣੀ ਬਹੁਤ ਜ਼ਿਆਦਾ ਕਲੀਅਰ ਆ ਪਰੀ ਜੇ ਤੁਸੀਂ ਕੁਛ ਵਿਚਾਰ ਧਾਰਾ ਦੇਣਾ ਚਾਹੁੰਦੇ ਹੋ ਗਰਮੀ ਹੈ ਓ ਮਾਈ ਗੋਡ ਹਾਂਜੀ ਸੋਫੂ ਅੰਮਾ ਖਾਣਾ ਨਹੀਂ ਆ ਕੀ ਖਾਣਾ ਪੁੱਤ ਅੰਮਾ ਅੰਮਾ ਹੋਰ ਕੀ ਪੀਣਾ ਜੂਸ ਪੀਣਾ ਚਲੋ ਆ ਤੁਹਾਨੂੰ ਸਾਰੇ ਜੂਸ ਤੇ ਮੈਂ ਇੱਕ ਤੇਰੀ ਫੈਮਿਲੀ ਟ੍ਰਿਪ ਕਿੱਦਾਂ ਲੱਗਿਆ ਵੈਰੀ ਨਾਈਸ ਮਜ਼ਾ ਆਇਆ ਬਿਲਕੁਲ ਓਕੇ ਪੂਰੀ ਇੰਜੋਏ ਕੀਤਾ ਮਾਰ ਮੋਟਰ ਵੀ ਇਹਦਾ ਨਹੀਂ ਨਾ ਮੈਂ ਦੱਸੀ ਨਾ ਕਾਰ ਕਰਕੇ ਉਹ ਖੜ ਗਿਆ ਸੀ ਪਹਿਲਾਂ ਕਾਰ ਲੈ ਕੇ ਭੱਜਿਆ ਉਹ